بسم اللہ الرحمن الرحیم، السلام علیکم تمام دوستو، تمام ویورز. دوستو میں عمران اسلم وڑیج تہاڈا پائی، تہاڈا ہوسٹ، تہاڈا میزبان. تسی ویکھ رہے ہو اپنا مویشی منڈی ٹی وی جی. دوستو اج تاریخ ہے 14 جولائی، 7واں مہینہ 2019. دوستو اج پھر تہاڈے واسطے ایک بہت ہی اعلیٰ، بہت ہی ٹاپ کلاس جانور دی ویڈیو پھر لے کے حاضر ہویا. تو ان شاء اللہ دوستو ہر جانور دی پوری تفصیلی ویڈیو تہانوں ملدی رہن دیا، گھر بیٹھے، باہر بیٹھے، جتھے بھی. باقی گلاں دوستو نے نصیب دیاں، تے کچھ دوستاں نے بہت کالاں، بہت میسج مس ہو جاندے. میں معذرت چاہنا دوستو کہ میں جتنی کو ری پلے کر سکا، جتنی کو کالاں اٹینڈ کر سکا میں کرنا وا. تے حاجی صاحب نے بزرگ وہ بھی جتنے کو تہاڈے ری پلے کر سکن میسج دا، کال دا، وہ بھی ان شاء اللہ کردے نے جی. تے باقی اللہ پاک خیر کرے جی، جنہ بھائی ہوراں لئی ہے انہاں دے اللہ پاک ہے نصیب کرے، چونی پینی چگنی دے نے جی. راجہ طالب حسین راول پنڈی گجر خان دے بندے نے جی، حال مقیم یورپ نے جی، باہر دے جس بھی ملک جی، مینوں کنفرم نہیں اس چیز دا، لیکن انہاں ہے گاں کل دی حاجی محمد اسلم وڑیج ضلع سرگودا تھانہ جاوریاں چک حیات پور والے کولوں گاں خرید لئی ہے. اللہ پاک انہاں دے نصیب کرے جی. گاں راتی سو گئی سی، تے ماشاءاللہ ماشاءاللہ بہت اعلیٰ بہت اعلیٰ، جتنیاں تعریفاں کری اتنیاں کم نے تعریف میرے رب دی ذات دی کرنی چاہی دی. تے باقی اللہ پاک ادے سال لمے کرے، اللہ پاک ادی زندگی کرے، تے راجہ صاحب نو چونی پینی چگنی، انہاں دے بچیاں نو، انہاں دی فیملی نو جی، انہاں دے فارم تے انشاءاللہ اچھے جانوراں وچ گاں دا نام رہے دا جتنا چیر ہے رہی. کہ اچھے جانور ہوندے نے، ایک فارم وچ کیا ہے 2, 4, 5, 10 اچھے جانور نے، تے انہاں وچ انشاءاللہ گاں دا نام گنیا جاندا رہے دا. اگوں نے گلاں نصیب دیاں سننا انشاءاللہ مکمل چوائی ویڈیو یہ وہ پوری. حاجی ہوری ساری رات جاگ دے رہے نے، انہاں ڈیوٹی دیتی ہے. راجہ صاحب راضی ہونا تے نہیں ساڈے تے، تے اسی رب تے نہیں راضی ہوندے. دیکھو جس اللہ نے سانوں اتنیاں کو نعمتاں دتیاں نے حد تو زیادہ، ਅਸੀਂ ਨਸ਼ੁਕਰੇ ਲੋਕ ਹਾਂ، ਨਸ਼ੁਕਰ ਕਰਨੇ ਹਾਂ. ਨਹੀਂ ਤਾਂ ਸ਼ੁਕਰ ਕਰੀਏ ਤਾਂ ਅੱਲਾਹ ਪਾਕ ਸਾਡੇ 'ਤੇ ਰਾਜ਼ੀ ਹੋ ਜਾਂਦਾ ਹੈ. ਦੇਖੋ ਦੋਸਤੋ ਹਮੇਸ਼ਾ ਸ਼ੁਕਰ ਅਲਹਮਦੁਲਿਲਾ ਕਰੋ ਹਰ ਹਾਲ 'ਚ، ਹਰ ਹਾਲ 'ਚ ਅੱਲਾਹ ਰਾਜ਼ੀ ਹੁੰਦਾ ਜੇ. ਅਤੇ ਬਾਕੀ ਅੱਲਾਹ ਪਾਕ ਖੈਰ ਕਰੇ ਰਾਜਾ ਸਾਹਿਬ، ਤੁਹਾਨੂੰ ਅੱਲਾਹ ਨਸੀਬ ਕਰੇ ਜੀ. ਖੁਸ਼ ਰਹੋ، ਜਿੰਦੇ ਵਸਦੇ ਰਹੋ ਜੀ. ਵਡੇਰੇ ਆਦਮੀ ਸਾਰੀ ਰਾਤ ਡਿਊਟੀ ਦਿੱਤੀ ਹੈ، ਅਤੇ ਅੱਲਾਹ ਉਹਨਾਂ ਨੂੰ ਸਿਹਤ ਦੇ ਜੀ، ਅੱਲਾਹ ਉਹਨਾਂ ਜ਼ਿੰਦਗੀ ਦੇ ਜੀ. ਅਤੇ ਦੁਆ ਗੋਵਾਂ ਜੀ، ਅੱਲਾਹ ਕਰੇ ਅਤੇ ਇਸ ਤੋਂ ਵੀ ਅੱਛੇ ਤੋਂ ਅੱਛੇ ਜਾਨਵਰ ਤੁਹਾਡੇ ਵਾਸਤੇ، ਸਾਡੇ ਵਾਸਤੇ ਲੱਭ ਕੇ ਲਿਆਉਂਦੇ ਰਹਿਣ. ਮੇਰੇ ਵਾਸਤੇ ਵੀ ਜੀ ਅੱਛਾ ਜੀ، ਜਿੰਨਾ ਅੱਛਾ ਜਾਨਵਰ ਹੋਵੇ ਤਾਂ ਮੇਰਾ ਚੈਨਲ ਗਰੋ ਕਰੇਗਾ، ਅਤੇ ਮੈਨੂੰ ਇੰਨਾ ਹੀ ਫਾਇਦਾ ਬੜਾ ਹੈ. ਅਤੇ ਮੈਨੂੰ ਚੈਨਲ ਮੇਰੇ 'ਤੇ ਲਾਈਕ ਲੱਭਦੇ ਨੇ، ਮੇਰੇ ਵਾਸਤੇ ਇਹ ਖੁਸ਼ੀ ਲੋਕ ਕਮੈਂਟ ਕਰਦੇ ਨੇ. ਦੇਖੋ ਦੋਸਤੋ ਮੈਂ ਇਨਸ਼ਾਅੱਲਾ ਦੁਆ ਦਿੰਦਾ ਵਾਂ، ਕੁਛ ਹਾਜੀ ਹੋਰਾਂ ਨੂੰ ਵੀ ਅਰਜ਼ ਕਰਨਾ ਵਾਂ ਕਿ ਦੁਆ ਦਿਆ ਕਰੋ ਜਿਹੜਾ ਜਾਨਵਰ ਬੰਦਾ ਦੇ. ਬਾਕੀ ਅੱਗੋਂ ਉਹਦੇ ਨਸੀਬ ਹੁੰਦੇ ਨੇ. ਅੱਲਾਹ ਪਾਕ ਪਤਾ ਨਹੀਂ ਕਿਹਦੀ ਆਹ ਮੀਨ ਸੁਣ ਲੈਂਦਾ ਜੀ. ਯਕੀਨ ਮੰਨ ਲਓ ਇਸ ਚੀਜ਼ 'ਤੇ، ਇਮਾਨ ਲੈ ਅੱਲਾਹ ਕੋਲ ਮੰਗੋ ਸਹੀ، ਦਿਲੋਂ ਮੰਗੋ ਤਾਂ ਸਹੀ ਤੁਸੀਂ ਅੱਲਾਹ ਪਾਕ ਕੋਲੋਂ، ਅੱਲਾਹ ਪਾਕ ਦਿੰਦਾ ਜੇ ਦੋਸਤੋ. ਇਨਸਾਨ ਮੰਗ ਨਹੀਂ ਸਕਦਾ ਦੋਸਤੋ. ਮੈਂ ਛੋਟੀ ਜਿਹੀ ਮਿਸਾਲ ਦਿੰਦਾ، ਹਜ਼ਰਤ ਉਮਰ ਅਲੈਹ ਸਲਾਮ ਦਾ ਦੋਸਤੋ ਦੌਰ ਸੀ. ਹਜ਼ਰਤ ਉਮਰ ਅਲੈਹ ਸਲਾਮ ਖਾਨਾ ਕਾਬਾ ਦਾ ਤਵਾਫ ਕਰ ਰਹੇ ਸਨ ਦੋਸਤੋ، ਅਤੇ ਕੋਈ ਬੰਦਾ ਉੱਥੇ ਆਉਂਦਾ ਸੀ، ਰੋਂਦਾ ਸੀ، ਦੁਆ ਮੰਗਦਾ ਸੀ، ਨਾਬੀਨਾ ਸੀ، ਠੀਕ ਹੈ ਜੀ. ਅਤੇ ਉਹ ਦੁਆ ਮੰਗਦਾ ਸੀ ਅਤੇ ਉਹਦੀ ਦੁਆ ਸਮਝੋ ਕਬੂਲ ਨਹੀਂ ਸੀ. ਇੱਕ ਟਿੱਡੂ ਨਹੀਂ ਸੀ ਮੰਗਦਾ، ਇੰਝ ਰੋ ਕੇ ਇੰਝ ਗਿੜਗੜਾ ਕੇ ਰੱਬ ਕੋਲ ਨਹੀਂ ਸੀ ਮੰਗਦਾ ਕਿ ਯਾ ਅੱਲਾਹ ਮੈਨੂੰ ਅੱਖਾਂ ਦਿੱਤੇ. ਹਜ਼ਰਤ ਉਮਰ ਅਲੈਹ ਸਲਾਮ ਨੇ ਅਰਜ਼ ਕੀਤੀ ਹੈ، ਬੰਦਿਆ ਤੁਸੀਂ ਮੈਂ ਬੜੀ ਵਾਰੀ ਵੇਖਿਆ ਆਇਆ، ਕੀ ਗੱਲ ਹੈ؟ ਉਸ ਆਖਿਆ ਕਿ ਮੈਂ ਅੱਲਾਹ ਕੋਲ ਮੰਗਣਾ، ਅੱਲਾਹ ਦਿੰਦਾ ਹੀ ਨਹੀਂ، ਅੱਖਾਂ ਮੈਂ ਨਬੀਨਾ ਵਾਂ. ਅਤੇ ਹਜ਼ਰਤ ਉਮਰ ਅਲੈਹ ਸਲਾਮ ਆਖਿਆ ਅੱਛਾ ਇਹ ਗੱਲ ਹੈ، ਮੈਂ 7 ਚੱਕਰ ਲਾਉਣੇ ਨੇ، ਜੇ 7 ਚੱਕਰ ਤਵਾਫ ਦੇ ਮੈਂ ਲਾ ਕੇ ਫਿਰ ਮੈਂ ਆਉਣਾ، ਜੇ ਤੇਰੀ ਅੱਖਾਂ ਨਾ ਆਈਆਂ ਮੈਂ ਤੇਰੀ ਧੋਣ ਲਾ ਦੇਣੀ. ਉਹ ਜੀ ਰੋ ਪਿਆ ਅੱਲਾਹ ਅੱਗੇ، ਯਾ ਅੱਲਾਹ ਮੈਨੂੰ ਮਾਫ਼ ਕਰ ਦੇ، ਯਾ ਅੱਲਾਹ ਮੈਨੂੰ ਬਚਾ ਲੈ، ਯਾ ਅੱਲਾਹ ਮੈਨੂੰ ਅੱਖਾਂ ਦੇ ਦੇ، ਯਾ ਅੱਲਾਹ. ਯਾਨੀ ਕਿ ਇਤਨਾ ਕੁ ਟਿੱਡੂ ਉਹਨੇ ਦੁਆ ਮੰਗੀ، ਕਹਿੰਦੇ ਨੇ ਕਿ ਹੱਦ ਨਹੀਂ. ਹਜ਼ਰਤ ਉਮਰ ਅਲੈਹ ਸਲਾਮ ਜਿਸ ਟਾਈਮ 7ਵਾਂ ਚੱਕਰ ਲਾ ਕੇ ਆਏ ਤਾਂ ਅੱਲਾਹ ਪਾਕ ਉਹਨੂੰ ਅੱਖਾਂ ਦੇ ਦਿੱਤੀਆਂ ਸਨ. ਦੋਸਤੋ ਇਹ ਛੋਟੀ ਜਿਹੀ ਮਿਸਾਲ ਦਾ ਮਕਸਦ ਹੈ ਵੇ، ਜੇ ਕੋਈ ਇਹਦੇ 'ਚ ਕਮੀ ਬੇਸ਼ੀ ਹੋ ਗਈ ਤਾਂ ਮਾਜ਼ਰਤ ਚਾਹੁੰਦਾ ਦੋਸਤੋ. ਮੈਂ ਕੋਈ ਕਿ ਅਲਮਾ ਨਹੀਂ، ਅਤੇ ਮੈਂ ਕੋਈ ਯਾਨੀ ਕਿ ਜਿਸ ਤਰ੍ਹਾਂ ਕਹੋ ਸ਼ੇਖ ਹਦੀਸ ਨਹੀਂ. ਮੈਂ ਮਿਸਾਲ ਸੁਣੀ ਉਹ ਮੈਂ ਬਰਜ਼ ਕੀਤੀ، ਜੇ ਕੋਈ ਕਮੀ ਬੇਸ਼ੀ ਹੋ ਗਈ ਤਾਂ ਮਾਜ਼ਰਤ، ਮੈਂ ਮਾਫ਼ੀ ਚਾਹੁੰਦਾ. ਅਤੇ
ਉਸ ਤੋਂ ਬਾਅਦ ਆ ਗਈ ਗੱਲ ਦੋਸਤੋ, ਇਸ ਗੱਲ ਕਰਨ ਦਾ ਮਕਸਦ ਹੈ ਕਿ ਅਸੀਂ ਅੱਲਾਹ ਰੱਬ ਕੋਲ ਮੰਗਦੇ ਹੀ ਨਹੀਂ, ਅਸੀਂ ਸਾਨੂੰ ਮੰਗਣ ਦਾ ਤਰੀਕਾ ਨਹੀਂ, ਸਾਨੂੰ ਮੰਗਣ ਦਾ ਸਲੀਕਾ ਨਹੀਂ, ਅਸੀਂ ਮੰਗ ਸਕਦੇ ਹੀ ਨਹੀਂ। ਅਤੇ ਦੋਸਤੋ ਅੱਲਾਹ ਪਾਕ ਕੋਲ ਮੰਗੀ, ਅੱਲਾਹ ਪਾਕ ਦਿੰਦਾ ਜੇ, ਅਤੇ ਅੱਲਾਹ ਪਾਕ ਕੋਲ ਮੰਗਿਆ ਕਰੋ, ਅੱਲਾਹ ਦਿੰਦਾ ਜੀ ਹਰ ਚੀਜ਼, ਹਰ ਚੀਜ਼, ਹਰ ਆਪਣੀ ਹਾਜਤ ਅੱਲਾਹ ਪਾਕ ਸੁਣਦਾ ਜੀ। ਅਤੇ ਦੋਸਤੋ ਮੈਂ ਤਾਂ ਬੜੀ ਦੁਆ ਮੰਗੀ ਸੀ, ਅੱਲਾਹ ਪਾਕ ਖੈਰ ਕਰੇ, ਅੱਲਾਹ ਪਾਕ ਖੈਰ ਕਰਨੀ ਚਾਹੀਦੀ, ਖੈਰ ਨਾ ਸੂਵੇ, ਅੱਲਾਹ ਪਾਕ ਖੈਰ ਕੀਤੀ, ਖੈਰ ਨਾ ਗਾਂ ਸੂਗੀ। ਉਹਦੀ ਵਜ੍ਹਾ ਦੋਸਤੋ ਪਤਾ ਕੀ ਸੀ? ਗਾਂ ਕੋਲ ਲਿਬਾਸ ਬਹੁਤ ਸੀ ਦੋਸਤੋ। ਜਿਹੜਾ ਗਾਂ ਜਾਂ ਮੱਝ ਲਿਬਾਸ ਜ਼ਿਆਦਾ ਹੋਵੇ, ਉਹ ਸੂੰਦਿਆਂ ਉਹਦੇ ਵਾਸਤੇ ਮੁਸ਼ਕਲ ਪੇਸ਼ ਆਉਂਦੀ, ਉਹ ਬਹਿ ਨਹੀਂ ਸਕਦੀ। ਗਾਂ ਮਾਸ਼ਾਅੱਲਾ ਬੈਠ ਗਈ ਸੀ ਰਾਤੀ ਆਰਾਮ ਨਾਲ, ਸਕੂਨ ਨਾਲ, ਠੀਕ ਹੈ। ਸਾਡਾ ਥੋੜ੍ਹਾ ਜਿਹਾ ਅਲਹਮਦੁਲਿਲਾ ਖੁੱਲ੍ਹਾ ਹੁੰਦਾ ਜਾਨਵਰ, ਥੋੜ੍ਹਾ ਜਿਹਾ ਛੋਟਾ ਜਿਹਾ ਵਾੜਾ ਬਣਾਏ ਆ ਉਹਦੇ 'ਚ ਹੁੰਦਾ ਦੋਸਤੋ। ਤੁਹਾਡਾ ਮਤਲਬ ਖੁੱਲ੍ਹਾ ਵਾੜਾ ਨਹੀਂ ਵੀ ਨਾ, ਡੰਗਰ ਤੁਹਾਡਾ ਸੋਹਣੇ ਵਾਲਾ, ਉਹਨੂੰ ਥੋੜ੍ਹਾ ਜਿਹਾ ਖੋਲ੍ਹ ਦਿਓ, ਉਹ ਆਪਣੀ ਮਰਜ਼ੀ ਨਾਲ ਬਹਿ ਜਾਏਗਾ ਜਿੱਥੇ ਉਹ ਅੱਛਾ ਸਮਝੇਗਾ। ਦੋਸਤੋ ਇਹ ਜਾਨਵਰ ਬਹੁਤ ਸਿਆਣੀ ਚੀਜ਼ ਜੇ, ਇਹਨੂੰ ਪਤਾ ਹੁੰਦਾ ਕਿਵੇਂ ਬਹਿਣਾ, ਉਹਨੂੰ ਜਿੱਥੇ ਸਕੂਨ ਮਿਲੇਗਾ, ਜਿੱਥੇ ਆਰਾਮ ਨਾਲ ਬਹਿ ਸਕਦੀ ਉੱਥੇ ਉਹ ਬਹਿ ਜਾਂਦਾ ਜਾਨਵਰ, ਅਤੇ ਗਾਂ ਬੈਠ ਗਈ ਦੀ। ਬਾਕੀ ਅੱਜ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਸੀ, ਮੈਂ ਕਿਹਾ ਆਈ ਸਾਹਿਬ ਗਾਂ ਦੀ ਚਵਾਈ ਜਿਹੜੀ ਜਿਸ ਟਾਈਮ ਜਿੰਨੀ ਵਾਰੀ ਵੀ ਗਾਂ ਚਵੋ, ਦੋ ਵਾਰੀ, ਤਿੰਨ ਵਾਰੀ, ਚਾਰ ਵਾਰੀ ਗਾਂ ਦੀ ਵੀਡੀਓ ਬਣਾਇਆ, ਥੋੜ੍ਹੀ ਥੋੜ੍ਹੀ ਚੋਣੀ ਸਾਡੇ ਦੋਸਤੋ, ਕਿਉਂਕਿ ਗਾਂ ਜਿਸ ਟਾਈਮ ਸੂ ਪੀ ਸੀ ਉਸ ਤੋਂ ਬਾਅਦ ਗਾਂ ਚਵਾਈ ਕਰਨੀ ਸੀ, ਗਾਂ ਬਵੇ ਫਿਰ ਦੁਬਾਰਾ। ਦੋਸਤੋ ਉਹ ਕਿਉਂ ਬਵੇ ਦੁਬਾਰਾ? ਜੇੜ ਸੱਟੇ ਗਾਂ, ਗਾਂ ਬੈਠੀ ਰਵੇ ਦੀ ਗਾਂ ਜੇੜ ਸੱਟੇ ਦੀ, ਡੰਗਰ ਜਿਹੜਾ ਬਹਿੰਦਾ ਨਹੀਂ ਜੇੜ ਨਹੀਂ ਸੱਟਦਾ। ਦੋਸਤੋ ਜੇ ਡੰਗਰ ਜੇੜ ਨਾ ਸੱਟੇ ਉਹਦਾ ਸੂਆ ਖਰਾਬ ਹੋ ਜਾਂਦਾ, ਅਤੇ ਅਸੀਂ ਪੂਰੀ ਕੋਸ਼ਿਸ਼ ਹੁੰਦੀ ਕਿ ਡੰਗਰ ਜੇੜ ਸੱਟੇ, ਖੈਰ ਖਰੀਏ ਸੂਵੇ, ਅੱਲਾਹ ਅੱਗੂ ਦੇ ਸਾਹ ਲੰਮੇ ਕਰੇ, ਅੱਗੂ ਮਾਲਕਾਂ ਦੇ ਮੁਕੱਦਰ। ਦੋਸਤੋ ਅਸੀਂ ਕਿਸੇ ਦੇ ਨਸੀਬ ਨਹੀਂ ਬਣਾ ਸਕਦੇ, ਸਾਡੇ ਕੋਈ ਨਹੀਂ ਬਣਾ ਸਕਦਾ। ਜੇ ਦੋਸਤੋ ਇਤਨੇ ਅਸੀਂ ਆਪ ਨਸੀਬ ਇੱਕ ਦੂਜੇ ਦੇ ਬਣਾ ਸਕੀਏ, ਤਾਂ ਅਸੀਂ ਆਪਣੀ ਔਲਾਦ, ਆਪਣੇ ਲੱਗਦੇ ਲੀਂਦੇ, ਆਪਣੇ ਭੈਣਾਂ ਭਾਈਆਂ ਦੇ ਨਸੀਬ ਬਣਾ ਲਈਏ। ਅਤੇ ਦੋਸਤੋ ਅਗਾ ਹੁੰਦੇ ਨੇ ਮੁਕੱਦਰ, ਲੇਕਿਨ ਜੋ ਗੱਲਾਂ ਕਰੀਏ ਇਨਸ਼ਾਅੱਲਾ ਉਹ ਹੋਣਦੀਆਂ, ਤਾਂ ਜਾਨਵਰ ਅੱਛਾ ਹੋਵੇ ਦਾ, ਕਲੀਅਰ ਹੋਵੇ ਦਾ, ਥਣ ਠੀਕ ਹੋਣ ਦੇ ਥੂ, ਅਤੇ ਬਾਕੀ ਹੈਗਾ ਨਸੀਬ ਨੇ ਦੋਸਤੋ। ਦੁੱਧ ਪੁੱਤਰ ਨਸੀਬਾਂ ਦੇ ਰਾਜਾ ਸਾਹਿਬ, ਦੁੱਧ ਤੁਹਾਡੇ ਮੁਕੱਦਰਾਂ ਦੇ, ਅਤੇ ਇਨਸ਼ਾਅੱਲਾ ਗਾਂ ਦੁੱਧ ਆ ਲਈਏ, ਅਤੇ ਪਾਇਆ ਲੈਣਾ ਜੇ ਧੁੱਪੇ ਬੰਨ ਛੱਡੋਗੇ, ਅਤੇ ਅਸ ਕੁਝ ਨਹੀਂ, ਜੇ ਦੇਣਾ ਗਾਂ ਸਾਂਭਣ ਵਾਲੀ, ਕਿਉਂਕਿ ਦੋਸਤੋ ਜਿੰਨਾ ਜ਼ਿਆਦਾ ਡੰਗਰ ਦੁੱਧ ਆ ਲਿਆ ਉਹਨੂੰ ਉਤਨਾ ਤੂੰ ਤਾਂ ਸਾਂਭਣਾ। ਇਹ ਨਹੀਂ ਡੰਗਰ 20 ਕਿਲੋ ਦੁੱਧ ਪਿਆ ਦਿੰਦਾ, 25 ਕਿਲੋ ਦੁੱਧ ਪਿਆ ਦਿੰਦਾ, ਉਹ ਨਾ ਸਾਂਭੋ ਤਾਂ ਉਹ ਕੱਟੇਦਾ, ਉਹ ਘੱਟਦਾ ਜਾਏਦਾ, ਉਹ ਖੁਰਦਾ ਜਾਏਦਾ, ਉਹ ਹੌਲੀ ਹੌਲੀ ਚਾਰ ਸਿਰ 'ਤੇ ਆ ਜਾਏਗਾ। ਅਤੇ ਬਾਕੀ ਇਨਸ਼ਾਅੱਲਾ ਦੋਸਤੋ ਹਰ ਬੰਦਾ ਸਿਆਣਾ, ਚਵਾਈ ਚਵੂਈ ਰਾਜਾ ਸਾਹਿਬ ਨੇ ਖੁਦ ਵੀ ਕਿਹਾ ਸੀ, ਉਹ ਨਾ ਵੀ ਕਹਿੰਦੇ ਤਾਂ ਅਸੀਂ ਫਿਰ ਵੀ ਬਣਾਉਂਦੇ ਹਾਂ ਕਿ ਮਾਲਕਾਂ ਨੂੰ ਤਸੱਲੀ ਹੋ ਜਾਏ ਕਿ ਹਾਲ ਦੀ ਘੜੀ। ਦੋਸਤੋ ਗਰੰਟੀਆਂ ਵਕਤ ਦੀਆਂ ਨੇ, ਇਹ ਸਮਾਂ ਵਾਲੀ ਚੀਜ਼ ਹੁੰਦੀ ਦੋਸਤੋ, ਲੰਮੀਆਂ ਗੱਲਾਂ ਨਹੀਂ, ਅਤੇ ਉਸ ਤੋਂ ਬਾਅਦ ਝੂਠ ਫਰਾਡ ਇਨਸ਼ਾਅੱਲਾ ਨਹੀਂ, ਨਾ ਇਸ ਚੈਨਲ 'ਤੇ ਐਵੇਂ, ਨਾ ਇਸ ਚੈਨਲ 'ਤੇ ਹੋਣ ਲੱਗਾ, ਨਾ ਇਸ ਚੈਨਲ 'ਤੇ ਮਾੜਾ ਡੰਗਰ ਚੜਿਆ, ਨਾ ਚੜਨ ਲੱਗਿਆ, ਨਾ ਕਿਸੇ ਨਾਲ ਜ਼ਿਆਦਤੀ ਕੀਤੀ, ਨਾ ਫਿਰ ਕਰਾਂ ਦੇ, ਨਾ ਹੁਣ ਦਿਆਂ ਦਾ ਇਨਸ਼ਾਅੱਲਾ। ਅਤੇ ਅੱਲਾ ਅੱਗੇ ਵੀ ਦੁਆ ਵੇ, ਅੱਲਾ ਅੱਗੇ ਵੀ ਅਰਦ, ਯਾ ਅੱਲਾ ਪਾਕ ਇਸ ਚੈਨਲ ਨੂੰ ਜਿਵੇਂ ਚਲਾਏ ਮੇਰਿਆ ਮੌਲਾ ਦੀ ਇੱਜ਼ਤ ਇੰਜੇ ਰੱਖੀ। ਅਤੇ ਦੋਸਤੋ ਇੱਜ਼ਤ ਮੇਰਾ ਅੱਲਾ ਪਾਕ ਦਿੰਦਾ, ਅਤੇ ਜਿੰਨੀ ਕੁ ਮੁਹੱਬਤ ਤੁਸੀਂ ਦੋਸਤਾਂ ਨੇ, ਤੁਸੀਂ ਭਾਈਆਂ ਨੇ ਦਿੱਤੀ, ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ। ਤੁਸੀਂ ਕਮੈਂਟ ਕਰਦੇ ਹੋ, ਯਕੀਨ ਮੰਨੋ ਬਹੁਤ ਅੱਛਾ ਲੱਗਦਾ। ਤੁਸੀਂ ਲਾਈਕ ਕਰਦੇ ਹੋ, ਯਕੀਨ ਮੰਨੋ ਇਤਨੀ ਕੁ ਹੌਸਲਾ ਅਫਜ਼ਾਈ ਹੁੰਦੀ ਕਿ ਮੈਂ ਸਭ ਦੇ ਨਾਂ ਨਹੀਂ ਲੈ ਸਕਦਾ। ਇਨਸ਼ਾਅੱਲਾ ਇਨਸ਼ਾਅੱਲਾ ਤੁਹਾਡੀ ਮੁਹੱਬਤਾਂ ਯਾਦ ਨੇ, ਅਤੇ ਯਾਦ ਰਹਿਣ ਦੀਆਂ। ਅਤੇ ਦੋਸਤੋ ਗਾਂ ਦੀ ਚਵਾਈ ਕੀਤੀ ਸੀ ਸ਼ਾਮੀ ਦੋ ਵਾਰੀ, ਅੱਜ ਹੀ ਉਹਨਾਂ, ਠੀਕ ਹੈ, ਇੱਕ ਵਾਰੀ ਵੀਡੀਓ ਬਣਾਈ ਨਹੀਂ, ਇੱਕ ਵਾਰੀ ਨਹੀਂ ਬਣਾ ਸਕੇ। ਅਤੇ ਬੰਦਾ ਇੱਕ ਮਤਲਬ ਵੀਡੀਓ ਵਾਲਾ ਵਿਚਾਈ ਤਾਂ ਹੁੰਦਾ, ਹੁਣ ਸਾਰੀ ਰਾਤ ਦੋ ਬੰਦੇ ਨਹੀਂ ਸਨ ਜਾਗ ਸਕਦੇ। ਅਤੇ ਸੁਬਹਾ ਮਾਸ਼ਾਅੱਲਾ ਗਾਂ ਨੇ ਜੇਰ ਸੱਟ ਦਿੱਤੀ ਸੀ ਜੀ, ਅਤੇ ਅੱਲਾ ਪਾਕ ਇਹਦੀ ਜ਼ਿੰਦਗੀ ਕਰੇ, ਅੱਲਾ ਪਾਕ ਇਹਦੀ ਸਿਹਤ ਦੇ, ਅੱਲਾ ਤੰਦਰੁਸਤੀ ਦੇ, ਖੈਰੀਆਫਤ ਕਰੇ ਜੀ। ਫਿਰ ਜੇਰ ਤੋਂ ਬਾਅਦ ਫਿਰ ਵੀ ਚਵਾਈ ਕੀਤੀ ਸਾਡੇ ਗਾਂ ਦੀ ਇੱਕ ਵਾਰੀ ਫਿਰ, ਕਿ ਗਾਂ ਫਿਰ ਅੱਧੀ ਹੋਲੀ ਕਰੀਏ ਜੀ, ਕਿ ਮਤਲਬ ਜਸੂ ਪੇ ਜੀ ਸਾਰੇ ਕੰਮ, ਕਿ ਚਲੋ ਅੱਧੀ ਹੋਰ ਜੀ ਅੱਲੀ ਫਿਰ ਪੇ ਹੋਵੇ ਦੀ ਇਨਸ਼ਾਅੱਲਾ। ਅਤੇ ਬਾਕੀ ਅੱਲਾ ਪਾਕ ਖੈਰ ਕਰੇ। ਦੋਸਤੋ ਆਪਣੇ ਚੈਨਲ ਮਵੇਸ਼ੀ ਮੰਡੀ ਟੀਵੀ ਨੂੰ ਲਾਈਕ ਕਰਨਾ ਨਾ ਭੁੱਲਿਓ ਕਰੋ, ਸਬਸਕ੍ਰਾਈਬ ਕਰ ਲਓ, ਜਿਹੜੇ ਦੋਸਤ ਨਵੇਂ ਹੋ ਬੈੱਲ ਆਈਕੋਨ ਦਾ ਬਟਨ ਦਬਾ ਲਓ, ਤਾਂ ਕਿ ਤੁਹਾਡੇ ਤੱਕ ਸਾਡੇ ਮਜ਼ੀਦ ਜਾਨਵਰਾਂ ਦੀ ਵੀਡੀਓ, ਤਸਵੀਰਾਂ, ਪਿਕਚਰ ਪਹੁੰਚਦੀਆਂ ਰਹਿਣ। ਅਤੇ ਦੋਸਤੋ ਹਾਜੀ ਮੁਹੰਮਦ ਅਸਲਮ ਵੜੈਚ ਦਾ ਹੈ, ਮਾਲ ਹੁੰਦਾ, ਮਾਲ ਮੇਰੇ ਰੱਬ ਦੀ ਜ਼ਾਤ ਦਾ, ਪਹਿਲੀ ਗੱਲ ਰਿਜ਼ਕ ਅਲ ਦੇਣੇ ਵਾਲਾ ਮਾਲ ਹੋਵੇ, ਅਤੇ ਉਹਨਾਂ ਦੇ ਕੋਲ ਆਉਂਦੇ ਜਾਂਦੇ ਜਾਨਵਰ ਰਹਿੰਦੇ ਨੇ। ਜਿਸ ਦੋਸਤ ਨੂੰ ਜਿਹੜਾ ਜਾਨਵਰ ਪਸੰਦ ਹੋਵੇ ਉਹਦਾ ਉਹ ਸਕਰੀਨ ਸ਼ਾਟ ਲੈ ਲਏ ਵੀਡੀਓ ਦਾ, ਵਟਸਐਪ ਬਣੇ ਨੇ, ਤਿੰਨ ਨੰਬਰ ਦਿੱਤੇ ਹੁੰਦੇ ਨੇ, ਦੋ ਨੰਬਰ ਉਹਨਾਂ ਦੇ ਹੁੰਦੇ ਨੇ, ਇੱਕ ਬਾਹਰ ਦਾ ਮੇਰਾ ਹੁੰਦਾ, ਉਸ ਨੰਬਰ 'ਤੇ ਸਕਰੀਨ ਸ਼ਾਟ ਸੈਂਡ ਕਰੇ। ਦੋਸਤੋ ਲਿੰਕ ਭੇਜ ਦਿਓ, ਲਿੰਕ ਓਪਨ ਨਹੀਂ ਕਰ ਸਕਦਾ ਮੈਂ, ਕਿਉਂਕਿ ਚੈਨਲ ਹੁੰਦਾ, ਚੈਨਲ ਦਾ ਲਿੰਕ ਓਪਨ ਨਹੀਂ ਕਰੀਦਾ। ਸਕਰੀਨ ਸ਼ਾਟ ਤੁਸੀਂ ਭੇਜ ਦਿਓ ਉਸ ਨੰਬਰ 'ਤੇ, ਤਿੰਨਾਂ ਵਟਸਐਪ 'ਤੇ, ਈਮੋ 'ਤੇ ਕਾਲ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ, ਠੀਕ ਹੈ। ਡਿਸਕ੍ਰਿਪਸ਼ਨ ਵਿੱਚ ਵੀ ਦੋਸਤੋ ਨੰਬਰ ਦਿੱਤੇ ਹੁੰਦੇ ਨੇ, ਅਤੇ ਇਨਸ਼ਾਅੱਲਾ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡਾ ਰੀਪਲੇ ਕਰੀਏ। ਬਾਕੀ ਦੋਸਤੋ ਸੋਧੇ ਨੇ ਨਸੀਬ ਦੇ ਅਤੇ ਮੁਕੱਦਰ ਦੇ, ਅਤੇ ਅੱਲਾ ਪਾਕ ਬਿਹਤਰ ਕਰੇ ਸਭ ਦੇ ਹਾਕੇ 'ਚ ਦੋਸਤੋ। ਅਤੇ
ਕੋਸ਼ਿਸ਼ ਕਰੋ ਕਿਸੇ ਨੂੰ ਖਰਾਬ ਮਤ ਕਰੋ। ਉਸ ਤੋਂ ਬਾਅਦ ਆ ਗਈ ਗੱਲ, ਦੋਸਤ ਕਹਿੰਦੇ ਨੇ ਤੁਹਾਡੇ ਕੋਲ ਜਾਨਵਰ ਅਸੀਂ ਕਿਵੇਂ ਖਰੀਦ ਸਕਦੇ ਹਾਂ, ਜਾਂ ਹਾਜੀ ਹੋਰਾਂ ਕੋਲ ਕਿਵੇਂ ਖਰੀਦ ਸਕਦੇ ਹਾਂ ਜਾਨਵਰ, ਜਾਂ ਤੁਹਾਡੇ ਚੈਨਲ ਤੋਂ ਅਸੀਂ ਜਾਨਵਰ ਜਿਹੜਾ ਲੈਣਾ ਹੋਵੇ ਉਹਦਾ ਕੀ ਤਰੀਕਾਕਾਰ ਹੈ। ਦੋਸਤੋ ਉਹਦਾ ਤਰੀਕਾਕਾਰ ਮੁਖਤਸਰ ਹੈ। ਦੋਸਤੋ ਤੁਹਾਨੂੰ ਜਾਨਵਰ ਪਸੰਦ ਆ ਜਾਂਦਾ, ਜਿਹੜਾ ਜਾਨਵਰ ਤੁਹਾਨੂੰ ਪਸੰਦ ਆਉਂਦਾ ਉਹਦੀ ਤੁਸੀਂ ਸਕਰੀਨਸ਼ਾਟ ਲੈ ਲਓ, ਉਸ ਜਾਨਵਰ ਦੀ ਤਸਵੀਰ ਮੋਬਾਈਲ ਤੋਂ ਲੈ ਲਓ, ਉਹਦੀ ਵਟਸਐਪ ਈਮੋ 'ਤੇ ਭੇਜੋ, ਜਾਂ ਉਹਦਾ ਹੁਲੀਆ ਦੱਸੋ, ਇਹ ਜਾਨਵਰ ਹੈ ਅੱਜ ਚੜਿਆ ਵੇ, ਇਹ ਦੀ ਪੋਜੀਸ਼ਨ ਹੈ, ਇਹ ਦੀ ਕੀਮਤ ਮੰਗ ਰਹੇ ਹੋ, ਇਹ ਜਾਨਵਰ ਕਿੰਨੇ ਦਾ ਫਾਈਨਲ ਮਿਲੇਗਾ, ਕੀ ਹੋਵੇਗਾ, ਕਿਵੇਂ ਆਪਣਾ ਉਹਦੇ ਆਪਣਾ ਕਿਰਾਇਆ ਭਾੜਾ ਪੁੱਛ ਲਓ, ਕਿੱਥੇ ਤੁਸੀਂ ਪਹੁੰਚਾਉਣਾ ਹੈ ਆਪਣਾ, ਕਿਉਂਕਿ ਤੁਸੀਂ ਅਗਲਾ ਵੀ ਹਿਸਾਬ ਵੇਖਣਾ, ਅਸਾਂ ਵੀ ਵੇਖਣਾ ਕਿ ਭਾਈ ਇਹ ਜਾਨਵਰ ਉਸ ਜਗ੍ਹਾ 'ਤੇ ਜਾ ਸਕਦਾ, ਅਤੇ ਉਮੀਦ ਹੈ ਪਾਕਿਸਤਾਨ ਦੇ ਹਰ ਕੋਨੇ 'ਤੇ ਜਾਨਵਰ ਜਾ ਸਕਦਾ। ਅਤੇ ਉਸ ਤੋਂ ਬਾਅਦ ਮੇਰਾ ਦੋਸਤੋ ਤੁਹਾਡੇ ਨਾਲ ਕਮੀ ਪੇਸ਼ੀ ਜਿਹੜੀ ਕੀਮਤ 'ਚ ਹੋ ਸਕੀ ਉਹ ਹੋਵੇ ਦੀ, ਫਿਰ ਤੁਸੀਂ ਪੇਮੈਂਟ ਜਿਹੜਾ ਬੰਦਾ ਪਾਏਦਾ ਉਹਦੇ ਪਾਬੰਦ ਨੇ ਹਾਜੀ ਸਾਹਿਬ, ਉਸ ਤੋਂ ਇਲਾਵਾ ਕਿਸੇ ਦੇ ਉਹ ਕੋਈ ਪਾਬੰਦ ਨਹੀਂ ਜੇ। ਮੈਂ ਤਾਂ ਆਖੋ ਕਿ ਗੱਲਾਂ ਨਾਲ ਪਾਬੰਦ ਹੋਣਾ, ਉਹ ਮਾਜ਼ਰਤ ਕਰ ਲਈ ਉਹਨਾਂ ਨੇ, ਮੈਂ ਵੀ ਮਾਜ਼ਰਤ ਕਰਨਾ ਵਾ, ਕਿਉਂਕਿ ਉਹਦੇ 'ਚ ਖਰਾਬ ਹੋ ਰਹੇ ਹਾਂ, ਉਹਦੇ ਚੈਨਲ ਖਰਾਬ ਹੋਵੇਗਾ, ਚੈਨਲ ਦਾ ਨਾਮ ਖਰਾਬ ਹੋਵੇਗਾ, ਉਹਦੇ ਯਾਨੀ ਕਿ ਇੱਕ ਦੂਜੇ ਨੂੰ ਪਰੇਸ਼ਾਨ ਨਹੀਂ ਬਣੇਗੀ, ਅਤੇ ਉਹ ਐਸਾ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ 'ਚ ਇੱਕ ਦੂਸਰੇ ਨੂੰ, ਮੁਸਲਮਾਨ ਭਾਈ ਨੂੰ, ਦੂਜੇ ਭਾਈ ਨੂੰ ਪਰੇਸ਼ਾਨੀ ਬਣੇ। ਦੋਸਤੋ ਮਸਲਨ ਇੱਕ ਬੰਦਾ ਇੱਕ ਗਾਂ ਜਾਂ ਮੱਝ ਕੋਈ ਜਾਨਵਰ ਲੈਂਦਾ, ਨਾ ਉਹ ਆਪ ਲੈ ਰਿਹਾ, ਨਾ ਉਹ ਦੂਸਰੇ ਨੂੰ ਲੈਣ ਦੇ ਰਿਹਾ। ਮਤਲਬ ਦੋਸਤੋ ਇੱਕ ਜਾਨਵਰ ਉਹਦੇ ਹੋਰ ਵੀ ਗਾਹਕ ਹੁੰਦੇ ਨੇ, ਮਤਲਬ ਤੁਸੀਂ ਕਹਿੰਦੇ ਹੋ ਮੈਂ ਲੈ ਲਿਆ, ਫਿਰ ਤੁਸੀਂ ਉਹਦੀ ਰੀਪਲੇ ਨਹੀਂ ਕਰਦੇ, ਉਹ ਦੂਜਿਆਂ ਨੂੰ ਅਸੀਂ ਕੀ ਕਵੀ ਇੱਕ ਵਿਕ ਗਿਆ, ਫਿਰ 4 ਦਿਨਾਂ ਬਾਅਦ ਅਸੀਂ ਕਵੀ ਨਹੀਂ ਵਿਕਿਆ, ਉਹ ਦੋਸਤੋ ਅੱਛੀ ਗੱਲ ਨਹੀਂ, ਉਹਦੇ 'ਚ ਅਸੀਂ ਝੂਠੇ ਪੈ ਜਾਂਦੇ ਹਾਂ, ਲੇਕਿਨ ਸਾਡਾ ਉਹਦੇ ਕਸੂਰ ਤਾਂ ਕੋਈ ਨਹੀਂ, ਸਾਡੀ ਯਾਨੀ ਕਿ ਜਾਂ ਹਾਜੀ ਹੋਰਾਂ ਦਾ ਉਹਦੇ 'ਚ ਕੋਈ ਨਹੀਂ। ਅਤੇ ਬਾਕੀ ਦੋਸਤੋ ਖੈਰ ਹੋਵੇ, ਅੱਲਾ ਪਾ ਖੈਰ ਕਰੇ। ਦੋਸਤੋ ਮੈਂ ਫਿਰ ਰਿਕੁਐਸਟ ਕਰਾਂ ਦਾ, ਚੈਨਲ ਆਪਣੇ ਵੀਡੀਓ ਲਾਈਕ ਕਰ ਦਿਆ ਕਰੋ, ਯਕੀਨ ਕਰੋ ਬਹੁਤ ਖੁਸ਼ੀ ਹੁੰਦੀ ਹੈ, ਤੁਹਾਡੇ ਅੱਗੇ ਰਿਕੁਐਸਟ ਕਰੀ ਦੀ। ਬਾਕੀ ਸੌਦੇ ਨਸੀਬ ਦੇ ਦੋਸਤੋ, ਅਤੇ ਇਨਸ਼ਾਅੱਲਾ ਆਪਣੀ ਪੂਰੀ ਕੋਸ਼ਿਸ਼ ਹੈ ਕਿ ਤੁਹਾਡੇ ਤੱਕ ਸਾਡੇ ਅੱਛੇ ਤੋਂ ਅੱਛੇ ਜਾਨਵਰ ਜਾਂ ਵੀਡੀਓ ਪਹੁੰਚਦੀਆਂ ਰਹਿਣ ਦੀਆਂ। ਬਾਕੀ ਦੋਸਤੋ ਸੌਦੇ ਨਸੀਬ ਦੇ ਨੇ, ਬਾਬਿਆਂ ਵਾਸਤੇ ਦੁਆ ਕਰ ਛੱਡਿਆ ਕਰੋ, ਅਤੇ ਮੇਰੇ ਵਾਸਤੇ ਚੈਨਲ ਲਾਈਕ ਕਰ ਛੱਡਿਆ ਕਰੋ, ਅਤੇ ਇਨਸ਼ਾਅੱਲਾ ਤੁਹਾਡੇ ਨਾਲ ਰਾਬਤਾ ਰਹੇਗਾ। ਬਾਕੀ ਇਨਸ਼ਾਅੱਲਾ ਦੋਸਤੋ ਗੱਪਸ਼ੱਪ ਹੁੰਦੀ ਰਹੇ ਕਰੇ ਦੀ। ਆਪਣੀ ਪੂਰੀ ਕੋਸ਼ਿਸ਼ ਹੈ ਕਿ ਤੁਹਾਨੂੰ ਅੱਛੇ ਤੋਂ ਅੱਛਾ ਜਾਨਵਰ ਤੁਹਾਡੇ ਵਾਸਤੇ ਲੈ ਕੇ ਆਵੀਏ, ਅਤੇ ਅੱਛੇ ਤੋਂ ਅੱਛੇ ਜਾਨਵਰ ਦੀ ਤੁਹਾਨੂੰ ਵੀਡੀਓ ਵਿਖਾਈਏ। ਅਤੇ ਦੋਸਤੋ ਅੱਜ ਇਨਸ਼ਾਅੱਲਾ 5-6 ਜਾਨਵਰ ਅਪਲੋਡ ਹੋਣੇ ਨੇ, ਫਰੋਖਤ ਹੋ ਚੁੱਕੇ ਨੇ ਜਿਹੜੇ ਜਾਨਵਰ, ਉਹਨਾਂ ਦੀ ਵੀਡੀਓ ਹੋਵੇ ਦੀ ਜਾਇਜ਼, ਇਹ ਵੀ ਗਾਂ ਵੇ ਆ ਵੀ, ਇਹ ਵੀ ਇਨਸ਼ਾਅੱਲਾ ਆਪਣੀ ਪੂਰੀ ਕੋਸ਼ਿਸ਼ ਹੈ ਕਿ ਅੱਜ ਸਾਈਆਂ ਦੀ ਅਮਾਨਤ, ਗਾਂ ਜੇ ਸੂਹ ਪੀ ਖੈਰ ਨਾਲ, ਜੇ ਚੇਟ ਗਾਂ ਸੱਟ ਦਿੱਤੀ ਹੈ, ਰਾਜਾ ਸਾਹਿਬ ਆਪਣੀ ਅਮਾਨਤ ਲੈ ਜਾਣ। ਜੇ ਉਹ ਮੇਰੀਆਂ ਗੱਲਾਂ ਸੁਣ ਰਹੇ ਨੇ ਤਾਂ ਰਾਜਾ ਸਾਹਿਬ ਰਾਬਤਾ ਜ਼ਰੂਰ ਕਰਿਓ, ਮੈਂ ਤੁਹਾਨੂੰ ਮੈਸੇਜ ਕੀਤੇ ਨੇ ਸੁਬਹਾ ਦੇ, ਤੁਸੀਂ ਰੀਪਲੇ ਕੋਈ ਨਹੀਂ ਕੀਤਾ, ਅਤੇ ਰਾਬਤਾ ਕਰਿਓ, ਆਪਣੀ ਗਾਂ ਦੀ ਵੀਡੀਓ ਵੇਖ ਲਓ, ਅਤੇ ਮਾਸ਼ਾਅੱਲਾ ਮਾਸ਼ਾਅੱਲਾ ਦੋਸਤੋ ਅੱਛਾ ਜਾਨਵਰ ਦੇਖੋ, ਮਾਸ਼ਾਅੱਲਾ ਜ਼ਰੂਰ ਕਰੋ ਦੋਸਤੋ, ਨਜ਼ਰ ਲੱਗ ਜਾਂਦੀ ਜੇ, ਨਜ਼ਰ ਪੱਥਰ ਪਾੜ ਛੱਡਦੀ ਜੇ। ਅਤੇ ਦੋਸਤੋ ਕਮੈਂਟ ਜ਼ਰੂਰ ਕਰਿਆ ਕਰੋ, ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਦਿਆ ਕਰੋ। ਬਾਕੀ ਖੁਸ਼ ਰਹੋ, ਜਿੰਦੇ ਵਸਦੇ ਰਹੋ ਦੋਸਤੋ, ਦੁਆਵਾਂ ਯਾਦ ਰੱਖਿਓ ਦੋਸਤੋ। ਦੋਸਤੋ ਗਾਵਾਂ ਇਸ ਟਾਈਮ ਜਿਤਨੀਆਂ ਸਨ ਵੇਗੀਆਂ ਨੇ, ਇੱਕ ਗਾਂ ਫਰੀਜ਼ੀਅਨ ਖੜੀ ਹੈ। ਕਿਸੇ ਦੋਸਤ ਨੂੰ ਵਲੈਤੀ ਗਾਂ ਚਾਹੀਦੀ ਹੋਵੇ, ਜਿਹੜਾ ਗਰਮੀ ਦਾ ਉਹਦੇ 'ਤੇ ਕੰਟਰੋਲ ਕਰ ਸਕਦਾ ਹੋਵੇ, ਜਿਹਦਾ ਨਿਜ਼ਾਮ ਹੋਵੇ, ਉਹ ਮੇਰੇ ਨਾਲ ਰਾਬਤਾ ਕਰ ਲਿਓ, ਮੈਂ ਗਾਂ ਦਿਖਾ ਦਿਆਂਗਾ, ਸਾਡੇ ਇਲਾਕੇ 'ਚ ਖੜੀ ਹੈ। ਅਗਲੀ ਵੀਡੀਓ ਤੱਕ ਇਜਾਜ਼ਤ ਚਾਹਾਂਗਾ, ਅੱਲਾ ਹਾਫਿਜ਼। ਦੋਸਤੋ ਇਹ ਗਾਂ ਦੀ 3ਜੀ 4ਥੀ ਚੁਆਈ ਸਾਜੇ।